लव कैन ब्रिंग यू बैक फ्रॉम द ग्रेव्स कि प्यार थानू कब्रां चो मोड़ लिया है। पर पंजाबी फिल्मों अजकल तो बहुत ग्रोथ हो रही है, जिदा कि आ फिल्म थानू वेखन मिलेगी तो एक नवा कॉन्सैप्ट निकल के आया जो तुसी परिवार ना बैठ के वेख सकते। असलियत विच जिहड़ी उहदी पिछे दी सॉफ्ट साइड है कि वह भी एक परिवार वाला बंदा सीगा, तो उहदे नाल इदां दा की वापरिया कि वह बड़ा वड्डा भरा अपनी भैण नूं बच्चे वांगू पालदा है, तो वह जिहड़ा रिश्ता है भैण भरा दा तो उस चीज़ को मतलब हीरो हीरोइन की रोमांटिसिज्म के उत्ते तो बहुत फिल्मा बन जाए, बट जी भैन भरा रिश्ते के उत्ते एक फिल्म बनी है वो चीज़ सब तो खास है। जो चेता सिंह है लोगों मार रहा है, ये कर रहा है, वो कर रहा है, तो लोगों को लगता है कि बड़ा नैगेटिव खूंखार करैक्टर है। साढ़े पंजाबी सिनेमा के हजे तक वो चीज़ मेनटेन्ड है कि मैं बड़े ही प्राउड न अपने रिश्तेदारों कह सकती हाँ कि मैं एक पंजाबी फिल्म से काम किया, तो उन्होंने पता होगा ਪੰਜਾਬੀ ਫਿਲਮਾਂ ਤਾਂ ਆਫ ਕੋਰਸ ਸਾਫ ਸੁਥਰੀ ਹੋਊਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਦੇਸੀ ਚੈਨਲ, ਤੁਹਾਡੇ ਨਾਲ ਹਾਂ ਸਿਮਰਨ ਹੰਸ, ਗਰਿਮਾ ਸ਼ੈਵੀ ਵੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਵਧੀਆ ਨੇ, ਤੁਸੀਂ ਦੱਸੋ। ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ ਚੇਤਾ ਸਿੰਘ ਦੇ ਵਿੱਚ ਕੰਮ ਕਰਕੇ? ਚੇਤਾ ਸਿੰਘ ਲਈ ਸਾਰੇ ਅੱਜ ਇਕੱਠੇ ਹੋਏ ਹਾਂ ਅਸੀਂ। ਚੇਤਾ ਸਿੰਘ ਮੇਰੇ ਲਈ ਬਹੁਤ ਸਪੈਸ਼ਲ ਫਿਲਮ ਹੈ, ਮੇਰੇ ਦਿਲ ਦੇ ਬਹੁਤ ਨੇੜੇ ਹੈ, ਕਿਉਂਕਿ ਇਹ ਜਿਹੜਾ ਕਿਰਦਾਰ ਮੈਨੂੰ ਆਸ਼ੀਸ਼ ਸਰ ਨੇ ਕਰਨ ਦਾ ਮੌਕਾ ਦਿੱਤਾ ਉਹ ਬਹੁਤ ਹੀ ਸੈਂਸਿਟਿਵ ਔਰ ਬਹੁਤ ਹੀ ਪਿਆਰਾ ਕਰੈਕਟਰ ਹੈ, ਅਤੇ ਜਦੋਂ ਤੁਸੀਂ ਫਿਲਮ ਨੂੰ ਵੇਖੋਗੇ ਤੁਹਾਨੂੰ ਬਹੁਤ ਸਿੰਪਥੀ ਫੀਲ ਹੋਊਗੀ ਉਸ ਕਰੈਕਟਰ ਲਈ। ਤਾਂ ਇਸ ਫਿਲਮ ਦੇ ਵਿੱਚ ਇੰਨੇ ਵਧੀਆ ਵਧੀਆ ਕਮਾਲ ਐਕਟਰਸ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਹੀ ਮੇਰੇ ਲਈ ਬਹੁਤ ਵੱਡੀ ਅਪੋਰਚੁਨਿਟੀ ਸੀ। ਅੱਛਾ, ਭੈਣ ਭਰਾ ਦੀ ਕਹਾਣੀ ਨੂੰ ਦਰਸਾਉਂਦੀ ਹੈ ਫਿਲਮ, ਅਤੇ ਇੱਕ ਸਸਪੈਂਸ ਥ੍ਰਿਲਰ ਵੀ ਹੈ, ਅਤੇ ਕਹਿ ਲਈਏ ਕਿ ਇੱਕ ਰਿਵੈਂਜਫੁਲ ਡਰਾਮਾ ਵੀ ਹੈ, ਸਭ ਕੁਛ ਹੈ ਫਿਲਮ ਦੇ ਵਿੱਚ। ਤੁਹਾਨੂੰ ਸਭ ਤੋਂ ਵੱਧ ਅਟਰੈਕਟਿਵ ਪਾਰਟ ਕਿਹੜਾ ਲੱਗਿਆ ਹੈ ਟ੍ਰੇਲਰ ਵੇਖ ਕੇ ਵੀ ਜਾਂ ਸਟੋਰੀ ਦੇ ਵਿੱਚ? ਸਭ ਤੋਂ ਵੱਧ ਮੈਨੂੰ ਜਿਹੜਾ ਅਟਰੈਕਟ ਕਰਨ ਵਾਲਾ ਪਾਰਟ ਲੱਗਿਆ ਸੀ ਉਹ ਇਹ ਸੀ ਕਿ ਜਿਹੜੀ ਪੋਸਟਰ ਦੇ ਉੱਤੇ ਲਾਈਨ ਸੀਗੀ ਨਾ ਕਿ ਲਵ ਕੈਨ ਬ੍ਰਿੰਗ ਯੂ ਬੈਕ ਫਰੋਮ ਦ ਗ੍ਰੇਵਸ ਕਿ ਪਿਆਰ ਤੁਹਾਨੂੰ ਕਬਰਾਂ 'ਚੋਂ ਮੋੜ ਲਿਆਉਂਦਾ ਹੈ, ਤਾਂ ਉਹਦੀ ਜਿਹੜੀ ਕਹਾਣੀ ਹੈ ਜੋ ਤੁਹਾਨੂੰ ਟੀਜ਼ਰ 'ਚ ਅਤੇ ਟ੍ਰੇਲਰ 'ਚ ਵੇਖਣ ਨੂੰ ਮਿਲਿਆ ਕਿ ਜਿਹੜਾ ਚੇਤਾ ਸਿੰਘ ਹੈ ਲੋਕਾਂ ਨੂੰ ਮਾਰ ਰਿਹਾ ਹੈ, ਇਹ ਕਰ ਰਿਹਾ, ਉਹ ਕਰ ਰਿਹਾ, ਤਾਂ ਲੋਕਾਂ ਨੂੰ ਲੱਗਦਾ ਕਿ ਬੜਾ ਨੈਗੇਟਿਵ ਖੂੰਖਾਰ ਕਰੈਕਟਰ ਹੈ, ਪਰ ਅਸਲੀਅਤ ਵਿੱਚ ਜਿਹੜੀ ਉਹਦੀ ਪਿੱਛੇ ਦੀ ਸੌਫਟ ਸਾਈਡ ਹੈ ਕਿ ਉਹ ਵੀ ਇੱਕ ਪਰਿਵਾਰ ਵਾਲਾ ਬੰਦਾ ਸੀਗਾ, ਤਾਂ ਉਹਦੇ ਨਾਲ ਇੱਦਾਂ ਦਾ ਕੀ ਵਾਪਰਿਆ ਕਿ ਉਹ ਇਹ ਬਣ ਗਿਆ, ਤਾਂ ਉਹ ਜਿਹੜਾ ਰਿਸ਼ਤਾ ਵਿਖਾਇਆ ਨਾ ਕਿ ਇੱਕ ਭਰਾ ਲਈ ਉਹਦੀ ਭੈਣ ਮਤਲਬ ਵੱਡਾ ਭਰਾ ਆਪਣੀ ਭੈਣ ਨੂੰ ਬੱਚੇ ਵਾਂਗੂ ਪਾਲਦਾ ਹੈ, ਤਾਂ ਉਹ ਜਿਹੜਾ ਰਿਸ਼ਤਾ ਹੈ ਭੈਣ ਭਰਾ ਦਾ, ਅਤੇ ਉਸ ਚੀਜ਼ ਨੂੰ ਮਤਲਬ ਹੀਰੋ ਹੀਰੋਇਨ ਦੀ ਰੋਮੈਂਟਿਸਿਜ਼ਮ ਦੇ ਉੱਤੇ ਤਾਂ ਬਹੁਤ ਫਿਲਮਾਂ ਬਣ ਜਾਂਦੀਆਂ, ਬਟ ਜਿਹੜੀ ਭੈਣ ਭਰਾ ਦੇ ਰਿਸ਼ਤੇ ਦੇ ਉੱਤੇ ਇੱਕ ਫਿਲਮ ਬਣੀ ਹੈ ਉਹ ਚੀਜ਼ ਸਭ ਤੋਂ ਖਾਸ ਸੀ ਮੇਰੇ ਲਈ। ਤੁਸੀਂ ਹਿੰਦੀ ਸਿਨੇਮਾ ਦੇ ਵਿੱਚ ਵੀ ਕੰਮ ਕੀਤਾ, ਛਲਾਂਗ ਫਿਲਮ ਕੀਤੀ ਹੈ, ਸੋ ਮੇਨਲੀ ਕਿਵੇਂ ਲੱਗਦਾ ਹੈ ਹਿੰਦੀ ਫਿਲਮਾਂ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ, ਔਰ ਜਦੋਂ ਅਸੀਂ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਕਰਦੇ ਹਾਂ, ਮੇਨ ਤੁਹਾਨੂੰ ਕੀ ਯੂਨੀਕਨੈਸ ਲੱਗਦੀ ਹੈ ਪੰਜਾਬ? ਬੋਲੀਵੁੱਡ ਫਿਲਮਾਂ ਜਿਹੜੀਆਂ ਹੈਗੀਆਂ ਆ ਨੋ ਡਾਊਟ ਬਹੁਤ ਸਾਰੀਆਂ ਵਧੀਆ ਫਿਲਮਾਂ ਹੈਗੀਆਂ ਜਿਹੜੇ ਵਧੀਆ ਡਾਇਰੈਕਟਰਸ ਬਣਾਉਂਦੇ ਨੇ, ਜਿੱਦਾਂ ਕਿ ਹੰਸਲ ਮਹਿਤਾ ਸਰ ਨੇ, ਉਹਨਾਂ ਦੀ ਵਧੀਆ ਵਧੀਆ ਵੈਬ ਸੀਰੀਜ਼ ਨੇ, ਅਤੇ ਜਿੱਦਾਂ ਕਮਾਲ ਐਕਟਰਸ ਨੇ ਨਵਾਜ਼ੁਦੀਨ ਸਿੱਦੀਕੀ, ਮਨੋਜ ਵਾਜਪੇਈ, ਵਧੀਆ ਫਿਲਮਾਂ ਵੀ ਹੈਗੀਆਂ ਨੇ, ਅਤੇ ਲੇਕਿਨ ਕੁਛ ਫਿਲਮਾਂ ਇੱਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਕਿ ਮਤਲਬ ਮੈਨੂੰ ਲੱਗਦਾ ਕਿ ਅਸੀਂ ਥੀਏਟਰ ਵਿੱਚ ਜਾਈਏ ਅਤੇ ਬੰਦੇ ਨੂੰ ਫੀਲ ਹੁੰਦਾ ਵੀ ਕਿਉਂ ਆ ਗਏ, ਕਿ ਤੁਸੀਂ ਪਰਿਵਾਰ ਨਾਲ ਬੈਠ ਕੇ ਨਹੀਂ ਵੇਖ ਸਕਦੇ। ਤਾਂ ਇਹ ਜਿਹੜਾ ਸਭ ਤੋਂ ਵੱਡਾ ਡਿਫਰੈਂਸ ਮੈਨੂੰ ਫੀਲ ਹੁੰਦਾ ਹੈ ਕਿ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਹਜੇ ਤੱਕ ਉਹ ਚੀਜ਼ ਮੇਨਟੇਨਡ ਹੈ ਕਿ ਮੈਂ ਬੜੇ ਹੀ ਪ੍ਰਾਊਡ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਸਕਦੀ ਹਾਂ ਕਿ ਮੈਂ ਇੱਕ ਪੰਜਾਬੀ ਫਿਲਮ 'ਚ ਕੰਮ ਕੀਤਾ, ਤਾਂ ਉਹਨਾਂ ਨੂੰ ਪਤਾ ਹੋਊਗਾ ਪੰਜਾਬੀ ਫਿਲਮਾਂ ਤਾਂ ਆਫਕੋਰਸ ਸਾਫ਼ ਸੁਥਰੀ ਹੋਊਗੀ। ਤਾਂ ਇਹ ਸਭ ਤੋਂ ਵੱਡਾ ਡਿਫਰੈਂਸ ਹੈ। ਅਤੇ ਮੈਂ ਬੋਲੀਵੁੱਡ ਵਿੱਚ ਛਲਾਂਗ ਤੋਂ ਬਾਅਦ ਵੀ ਕੁਛ ਔਫਰਸ ਇਸ ਲਈ ਰਿਜੈਕਟ ਕੀਤੇ ਕਿਉਂਕਿ ਮੈਂ ਬੋਲਡ ਕੰਟੈਂਟ ਦੇ ਸਪੋਰਟ 'ਚ ਨਹੀਂ ਸੀਗੀ। ਤਾਂ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਜਿਹਾ ਬੋਲੀਵੁੱਡ ਨੂੰ ਮਤਲਬ ਜੇ ਉਹ ਇਸ ਵੱਲ ਥੋੜ੍ਹਾ ਜਿਹਾ ਧਿਆਨ ਦੇਣ ਕਿ ਇੱਦਾਂ ਦੀ ਫਿਲਮਾਂ ਜ਼ਿਆਦਾ ਬਣਾਉਣ ਕਿ ਜਿਹੜੀ ਅਸੀਂ ਪਰਿਵਾਰ ਨਾਲ ਬਹਿ ਕੇ ਦੇਖ ਸਕੀਏ, ਜਿਹਦੇ 'ਚ ਲੈਂਗੁਏਜ ਵੀ ਥੋੜ੍ਹੀ ਸਾਫ਼ ਸੁਥਰੀ ਹੋਵੇ। ਤਾਂ ਪੰਜਾਬੀ ਫਿਲਮਾਂ ਲਈ ਇਹ ਆਡੀਅੰਸ ਲਈ ਵੀ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੂੰ ਇੱਦਾਂ ਦੀ ਘਰੇਲੂ ਫਿਲਮਾਂ ਦੇਖਣ ਨੂੰ ਮਿਲਦੀਆਂ ਜੋ ਆਪਣੇ ਪਰਿਵਾਰ ਤੋਂ ਰਿਲੇਟਿਡ ਉਹ ਦੇਖ ਸਕਦੇ ਨੇ। ਕਈ ਵਾਰ ਹਿੰਦੀ ਫਿਲਮਾਂ 'ਚ ਇੱਦਾਂ ਹੁੰਦਾ ਹੈ ਕਿ ਕਰੋੜਾਂ ਦਾ ਸੈੱਟ ਹੈ, ਕਰੋੜਾਂ ਦਾ ਸੈੱਟ ਤੋੜ ਫੋੜ ਕਰ ਰਿਹਾ, ਬਰਬਾਦੀ ਹੋ ਰਹੀ, ਲੇਕਿਨ ਸਟੋਰੀ ਨਹੀਂ ਹੁੰਦੀ। ਪਰ ਪੰਜਾਬੀ ਫਿਲਮਾਂ 'ਚ ਅੱਜ ਕੱਲ੍ਹ ਤਾਂ ਬਹੁਤ ਗਰੋਥ ਹੋ ਰਹੀ ਹੈ, ਜਿੱਦਾਂ ਕਿ ਆਹ ਫਿਲਮ ਤੁਹਾਨੂੰ ਵੇਖਣ ਨੂੰ ਮਿਲੂਗੀ ਤਾਂ ਇੱਕ ਨਵਾਂ ਕੌਨਸੈਪਟ ਨਿਕਲ ਕੇ ਆਇਆ ਜੋ ਤੁਸੀਂ ਪਰਿਵਾਰ ਨਾਲ ਬੈਠ ਕੇ ਵੇਖ ਸਕੋ। ਆ ਜੀ, ਆਹ ਪੁਆਇੰਟ ਮੈਨੂੰ ਤੁਹਾਡਾ ਬਹੁਤ ਸੋਹਣਾ ਅਤੇ ਇੱਕ ਮਤਲਬ ਐਕਚੁਅਲੀ ਰੀਅਲ ਲੱਗਿਆ, ਕਿਉਂਕਿ ਕਈ ਵਾਰੀ ਅਸੀਂ ਜਦੋਂ ਪਰਿਵਾਰ ਦੇ ਨਾਲ ਫਿਲਮ ਦੇਖਣ ਜਾਂਦੇ ਹਾਂ ਅਤੇ ਜਦੋਂ ਉੱਥੇ ਆਪਸ਼ਨਸ ਹੁੰਦੀਆਂ ਵੀ ਕਿਹੜੀ ਫਿਲਮ ਦੇਖੀਏ, ਅਤੇ ਅਸੀਂ ਪੰਜਾਬੀ ਫਿਲਮ ਦਾ ਭਾਵੇਂ ਨਾਮ ਵੀ ਨਾ ਪਤਾ ਹੋਵੇ, ਪੰਜਾਬੀ ਆ, ਚਲੋ ਸਾਰੇ ਹੀ ਦੇਖ ਲੈਂਦੇ ਹਾਂ। ਇਹ ਮਤਲਬ ਇੱਕ ਬਹੁਤ ਪਲੱਸ ਪੁਆਇੰਟ ਆ ਸ਼ਾਇਦ ਸਾਡੇ ਪੰਜਾਬੀ ਸਿਨੇਮਾ ਦਾ। ਜੀ ਜੀ ਜੀ, ਜ਼ਰੂਰ, ਕਿਉਂਕਿ ਮੈਂ ਵੇਖਿਆ ਹੈ ਕਿ ਪੰਜਾਬੀ ਫਿਲਮ ਜਿੱਦਾਂ ਮੈਨੂੰ ਵੀ ਕੋਈ ਔਫਰ ਆਉਂਦਾ ਹੈ ਜਾਂ ਮੰਮਾ ਪਾਪਾ ਨੂੰ ਪਤਾ ਲੱਗਦਾ ਕਿ ਪੰਜਾਬੀ ਫਿਲਮ, ਤਾਂ ਮੈਨੂੰ ਉਹਦੇ ਬਾਰੇ ਜ਼ਿਆਦਾ ਨਹੀਂ ਸੋਚਣਾ ਪੈਂਦਾ ਕਿਉਂਕਿ ਮੈਨੂੰ ਪਤਾ ਹੈ, ਅਫਕੋਰਸ ਮੇਰਾ ਪਹਿਲਾ ਕੁਐਸਚਨ ਇਹੀ ਰਹਿੰਦਾ ਕਿ ਕੁਛ ਬੋਲਡ ਕੰਟੈਂਟ ਤਾਂ ਨਹੀਂ, ਬਟ ਇੱਕ ਮਨ 'ਚ ਮੇਰੀ ਖੁਸ਼ੀ ਔਰ ਸੈਟਿਸਫੈਕਸ਼ਨ ਇਹ ਹੁੰਦੀ ਹੈ ਕਿ ਹਾਂ
मैं सब नूं प्राउडली दस सकती हाँ कि पंजाबी फिल्म है तो सब नूं पता लग जाना कि साफ सुथरी फिल्म है, लेकिन जो असं हिंदी फिल्म करते हैं तो पहले 10 सवाल पूछने पैंदे है, कॉस्ट्यूम तो नहीं वलगर होगी, डायलॉग्स तो नहीं वलगर होंगे या सीन तो नहीं इदा का कोई होगा, तो उत्थे थोड़ा जिहा रिस्की लगता है, कि ना कि एक मलाल फील हुंदा, एक गिला फील हुंदा है कि मतलब जो असं साफ सुथरे रह के काम करना चाहते हाँ तो असं हिंदी सिनेमा च तो वड्डा नाम बना ही नहीं सकते इस हिसाब नाल। हाँ, ये चीज़ मैनू बहुत ज़्यादा फील हुंदी है, क्योंकि 2-3 वारी इदा होया कि मैं कुछ ऑफर्स इसलिए रिजेक्ट किए कि करैक्टर भी मेरी एज का सीगा, लाइक 17-18 साल की कुड़ी, बट बोल्ड करैक्टर सीगा, तो मैनू लगा कि तुसी मतलब जिदा छोटी एज के करैक्टर नू गलत पासे रिप्रजेंट कर रहे हो, तो फिर वो चीज़ यूथ नू जे तुसी चाहते हो कि फिल्मा कहिंदे आ ना कि एक लिटरेचर और एक एंटरटेनमेंट मीडिया हुंदा है लोगों नू सीख देण लई कि साडी सोसाइटी च जो हो रहा वो प्रति सीख देखण लई, जिस सोसाइटी उन्होंने वेख के गलत राह पै रही है तो फिर उदा की परपस होया। तो पंजाबी सिनेमा च नो डाउट बॉलीवुड विच भी बहुत वधिया लेवल दियां फिल्मां, हुण जिहड़ी छलांग फिल्म असी कीती सीगी ओ यूथ लई इन्नी ज़्यादा मोटिवेटिंग फिल्म सी कि भावें तुसीं जिंदगी च 100 वार भी डिगदे हो तां वी तुहानूं उठ खड़ना चाहिए क्योंकि सक्सैस दूर नहीं हुंदी, तां ओ चीज़ पंजाबी सिनेमा दे विच मतलब मैनूं लगदा है कि ज़्यादा लोग इस चीज़ नूं सीरीयसली लैंदे आ कि कंटेंट ज़्यादा मैटर करदा है, तुहाडी स्टोरी साफ सुथरी होनी चाहिए। अच्छा चेता सिंह ते वापस आने आ, परसनली प्रोफेशनली की सीखिया फिल्म दे सैट तो? फिल्म दे सैट ते जिदा कि मैं कहां कि एक एक एक्टर जिहड़ा सीगा कमाल दा सीगा, तां ऑब्वियस जी गल है जदों तुसी वधिया एक्टर्स नाल काम करदे हो तो तुहानू बहुत कुछ सीखण नूं मिलदा है, कि जिदा मैं प्रिंस भाजी नाल काम करदी सीगी पहला, तां मैं पहला भी पिछले इंटरव्यू च दस्सिया सीगा उहनां नूं पता नहीं सीगा कि मैं मतलब 21 साल दी हाँ, तो मैं मतलब छोटी उम्र का करैक्टर दिखाया सी तो उन्होंने लगता सीगा मैं 16-17 साल दी, तो वो मैनू बहुत प्यार ना बच्चे वांगू ट्रीट करते सीगे, उन्हां नाल रह के मैनू कैमरा बारे बहुत कुछ सीखण नूं मिलिया, वो मैनू गाइड करते सीगे कि जिदा हुण तू क्यू देना है तो तू हमेशा कैमरे कोल खुद एक्ट एज एन एक्टर खड़े होकर देना चाहिए, तो आशीष सर जिहड़े साडे डायरैक्टर है उन्हां नाल काम करके बहुत कुछ सीखण नूं मिलिया कि है ना मतलब उन्होंने वेख के ही मतलब बंदा इन्ना कुछ सीख जाता है कि 2-2 दिन तक वो सौंदे नहीं से, इन्ने डेडिकेटेड सके मूवी लिए 2-2 दिन तक सोना ना ब्रेकफास्ट करके सीधा डिनर करते क्योंकि उन्होंने को टाइम नहीं सगा, तो इदा के डेडिकेटेड लोग सारे एको फिल्म च मिल जाए तो उन्होंने बहुत कुछ सीखने मिल जाता है। सो की कहोगे दर्शकों कि किरदार है तो फिल्म की तैयारी रही इस किरदार वास्ते की ऑब्जरवेशन रही? मैं दर्शकों को यही कहूँगी कि ये जिहड़ा करैक्टर है जिदा तुसी देख रहे हो चेता सिंह ट्रेलर विच ते टीज़र विच कि मार ताड़ कर रहा है खूंकार, तो थानू फिल्म देख के पता लगेगा कि असल विच ओदा जिहड़ी सॉफ्ट साइड है चेता सिंह दी ओ की है, कि ओदे रिश्ते नाते फैमिली दी ओदे लई की इंपोर्टेंस है, कि प्यार थानू कब्रां विचों मोड़ लिआउंदा है, तो वह थानू पता लगेगा कि है ना ओदी भैण दी ओदी लाइफ च किन्नी इंपोर्टेंस है कि वह कब्रां तों वी मुड़ के वापस आ सकदा है, तो तुसी अपने परिवार नाल बैठ के फिल्म देख सकदे हो, तो थानू जरूर ये फिल्म वेख के तुसी इमोशनल होवोंगे ते तुसी कुछ टाइम लई शायद साइलेंट भी हो जाओ क्योंकि थानू पहली बार इदां दा कॉन्सेप्ट वेखण नूं मिलेगा। थैंक यू सो मच एंड ऑल द वेरी बेस्ट। थैंक यू सो मच।